ਬਾਜ਼ੀ ਲਾਈ ਦੀ ਆ ਜਾਣ ਦੀ ਕਿੰਨਾ ਤੇਰਾ ਕਰਾਂ ਤੂੰ ਵੀ ਚੰਗੀ ਤਰ੍ਹਾਂ ਜਾਣਦੀ ਯਾਰਾਂ ਲਈ ਬਾਜ਼ੀ ਕਿੰਨਾ ਤੇਰਾ ਕਰਾਂ। ਦੇਖੋ ਅਸੀਂ ਉਰੇ ਸੇਹ ਵਾਲੇ ਬਾਬੇ ਦੇ ਸਲਾਮ ਕਰਨ ਆਏ ਤੇ ਹੁਣ ਏ ਟੀਮ ਚੋਂ ਪੈਸੇ ਕਢਾ ਕੇ ਅਸੀਂ ਜਾ ਰਹੇ ਹਾਂ ਮੇਲੇ ਤੇ। ਜਿਹੜਾ ਅਸੀਂ ਹੁਣ ਮੈਂ ਜਿਹੜਾ ਬਣਾ ਰਿਹਾ ਵਲੋਗ ਇਹ ਬਣਾ ਰਿਹਾ ਸੈਮਸੰਗ ਮੇਰੇ ਭਰਾ ਸਚਿਨ ਦੇ ਮੋਬਾਈਲ ਤੋਂ A50 ਹੈ ਜਿਹੜਾ। ਮੇਲੇ 'ਤੇ ਜਾ ਰਿਹਾ ਹੁਣ, ਉੱਧਰ ਹਜੇ ਉਹ ਉਹਨਾਂ ਦੇ ਹਜੇ ਭੁੱਖੇ ਨਹੀਂ ਮਰੀ। ਫੋਟੋ 'ਤੇ ਫੋਟੋ, ਫੋਟੋ 'ਤੇ ਫੋਟੋ। ਹਾਂ ਉਹ ਕਰ ਰਿਹਾ ਦੇਖੋ। ਹਾਂ ਤੇ ਹੁਣ ਮੇਲੇ 'ਤੇ ਚੱਲਦੇ ਹਾਂ, ਤੁਹਾਨੂੰ ਦੱਸਣਾ। ਪਹਿਲੀ ਗੱਲ ਤਾਂ ਅਸੀਂ ਏ ਟੀ ਐਮ 'ਚੋਂ ਪੈਸੇ ਕਢਾਉਣ ਆਏ ਤੇ ਅਤੇ ਉਰੇ ਸਲਾਮ ਕਰਨ ਆ ਗਿਆ ਗੇ ਬਾਬੇ ਦੇ, ਕਿਉਂਕਿ ਮੈਂ ਪਹਿਲਾਂ ਰੈਗੂਲਰ ਆਉਂਦਾ ਸੀਗਾ। ਇੱਧਰ ਮੇਰਾ ਭਰਾ ਸਤਨਾਮ ਬਹੁਤ ਦੂਰ ਜਾ ਕੇ ਖੜਾ, ਸਾਡੇ ਤੋਂ 10-15 ਕਿਲੋਮੀਟਰ। ਅਤੇ ਚਲੋ ਫਿਰ ਹੁਣ ਚੱਲਦੇ ਹਾਂ ਮੇਲੇ 'ਤੇ, ਤੁਹਾਨੂੰ ਦੱਸਣਾ ਗੇ ਸਿਨੇਮੈਟਿਕ ਸ਼ੋਟ ਵਗੈਰਾ। 3, 2, 1। ਹਾਂਜੀ ਵੈਲਕਮ ਬੈਕ ਟੂ ਯੂਟਿਊਬ ਚੈਨਲ ਅਸ਼ੂ ਬਜ਼ੀਦਪੁਰ ਵਾਲਾ। ਗੱਲ ਥੋੜੀ ਅਸ਼ੂ ਬਜ਼ੀਦਪੁਰ ਵਾਲਾ। ਇਹ ਟੀ ਸ਼ਰਟਾਂ ਨਵੀਆਂ ਬਣਵਾਈਆਂ ਸੀ, ਅੱਛਾ ਲੱਗ ਰਿਹਾ ਸਾਨੂੰ ਪਿੰਡ 'ਚ ਆ ਕੇ ਅਸ਼ੂ ਬਜ਼ੀਦਪੁਰ ਦੇ। ਅਤੇ ਮੈਂ ਬੜਾ ਹੀ ਵਧੀਆ ਫੀਲ ਕਰ ਰਿਹਾ। ਅਤੇ ਆਓ ਚੱਲਦੇ ਹਾਂ, ਅੱਜ ਮੇਲੇ ਜਾਣਾ ਸੀ। ਮੇਲੇ ਯਾਰ ਤੈਨੂੰ ਪਤਾ ਧੁੱਪ ਬਹੁਤ ਪੈ ਰਹੀ, ਤੋਂ ਇੰਨੀ ਧੁੱਪ ਪੈ ਰਹੀ ਹੈਗੀ, ਮੇਲੇ ਕੀ ਜਾਵਾਂਗੇ ਯਾਰ। ਧੁੱਪ ਤਾਂ ਅੱਜ ਸਹੀ ਗੱਲ ਹੈ ਜੀ, ਅੱਜ ਧੁੱਪ ਬਹੁਤ ਜ਼ਿਆਦਾ ਪੈ ਰਹੀ ਆ, ਗਰਮੀ ਬਹੁਤ ਜ਼ਿਆਦਾ। ਦੇਖੋ ਉੱਤੋਂ ਮੇਰੇ ਪੁਰਾਣੇ ਟੀ ਸ਼ਰਟ ਨੀਚੇ ਪਾ ਰੱਖੀ ਆ, ਸ਼ਰਟ ਉੱਪਰ। ਚੈਨਲ ਵਾਸਤੇ ਨਾਮ ਹੈ ਦੇਖੋ ਚੈਨਲ ਦਾ ਵਾਲਾ। ਇਹ ਯਾਰ ਕੁਛ ਨਹੀਂ ਕਰ ਰਹੇ, ਅਸੀਂ ਕਹਿ ਦਈਏ ਵੀ ਏ ਟੀ ਐਮ 'ਚੋਂ ਪੈਸੇ ਕਢਾ ਕੇ ਲੈ ਕੇ ਆਉਂਦੇ। ਹਾਂ ਦੱਸ ਦੇ ਫੋਟੋ ਸ਼ੂਟ ਕਰ ਲਾਂਗੇ, ਆ ਕੇ ਫੋਟੋ ਸ਼ੂਟ ਕਰ ਲਾਂਗੇ ਅਤੇ ਮੈਂ ਸਲਾਮ ਕਰ ਲਾਂਗਾ ਬਾਬੇ ਦੇ। ਹੁਣ ਮੇਲੇ 'ਤੇ ਚੱਲਦਾ, ਮੈਂ ਦੁਬਾਰਾ ਫੇਰ ਕਹਿ ਰਿਹਾ ਗੇ, ਚਲੋ ਚੱਲੀਏ ਯਾਰ, ਚਲੋ। ਹਜੇ ਹੋਈ ਨਹੀਂ ਯਾਰ, ਕਬੱਡੀ ਸ਼ੁਰੂ ਹੋਈ ਨਹੀਂ, ਸਾਡੇ ਮੁੰਡਾ ਕੱਛੇ ਪਾ ਗਏ ਇਹਦੇ, ਕੱਛਾ ਪਾ ਗਏ ਇਹਨੂੰ। ਕੀ ਹਾਲ ਆ ਵੀਰੇ, ਗਰਮੀ ਬਹੁਤ ਆ ਯਾਰ, ਧੁੱਪ ਵਾਲੀ ਪੈ ਰਹੀ, ਪਿੰਡ ਵਾਲਾ ਤਾਂ ਸੰਗ ਬੜੀ ਲਾ ਰਹੀ, ਇੱਕ ਤਾਂ ਸੰਗ ਕਦੀ ਯਾਰ ਕਰਨਾ, ਜਿਹਨੇ ਕੀਤੀ ਸੰਗ ਉਹਦੇ ਫੁੱਟੇ ਕਰਮ ਕਰ ਕਰ, ਲਾਈਮ ਤਾਂ ਕਰ, ਰਾਈਮਿੰਗ ਤਾਂ ਕੋਈ ਬਣੀ, ਜਿਹਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ, ਜਿਹਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ। ਦੇਖੋ ਮੈਨੂੰ ਤਾਂ ਪਤਾ ਹੀ ਨਹੀਂ ਸੀਗੀ ਜਿਹੜਾ ਪੀਵੇ ਬਿੜੀ ਉਹਦੇ ਕਦੇ ਨਾਲ ਲੜੇ ਲੱਭਦੇ ਕੀੜੀ। ਤੂੰ ਵੀ ਪਹਿਲੇ ਬੋਲ ਉੱਤੇ ਭੱਜ ਭੱਜ ਜਾਈਦਾ, ਯਾਰਾਂ ਦੀਆਂ ਜੱਫੀਆਂ ਨਾ ਰੱਜ ਜਾਈਦਾ, ਡਬਲ ਕਰੋਸ ਸਾਨੂੰ ਕਰਨਾ ਨਹੀਂ ਆਉਂਦਾ, ਸਿੱਧਾ ਜਾ ਕੇ ਇੱਕ ਵਿੱਚ ਵੱਜ ਜਾਈਦਾ, ਕੱਲ ਕਿਹਨੇ ਦੇਖੀ ਠੋਰੇ ਕੱਲ ਕੀ ਹੈ ਹੋਣਾ, ਕਾਰਵਾਈ ਪਾਉਣ ਤਾਂ ਹੀ ਅੱਜ ਜਾਈਦਾ, ਮੌਤ ਕੀ ਡਰਾ ਲੂ ਇਹ ਤਾਂ ਮੂਹਰੇ ਫੇਰੂ ਭੱਜ ਦੀ ਕਰਨਲ। ਮੈਂ ਹੁਣ ਮੈਂ ਚੱਲਿਆ ਵੀਡੀਓ ਬਣਾਉਂਦਾ ਨਹੀਂ, ਮੈਂ ਜਿਹਦਾ ਇੰਤਜ਼ਾਰ ਸੀਗਾ ਸਾਨੂੰ ਉਹ ਮਿਲ ਗਿਆ, ਸਾਡਾ ਪ੍ਰੋਡਿਊਸਰ ਸਾਹਿਬ। ਹੋਰ ਬਾਈ ਕੀ ਹਾਲ ਹੈਗਾ, ਇਹ ਸਾਡੇ ਮਾਨ ਸਾਹਿਬ ਜਿਹੜੇ ਸਾਡੇ ਨਾਲ ਪਹਿਲਾਂ ਇੱਕ ਟਾਈਮ ਨਾਲ ਹੀ ਰਹੇ ਤੇ ਤੇ ਸਾਡਾ ਬੋਲਿਆ ਕੁਛ, ਬੋਲਣ ਨੂੰ ਬਹੁਤ ਕੁਛ ਆ ਪਰ ਮੈਥੋਂ ਬੁਲਾਉਣ ਨਾ, ਬੁਲਾਉਣ ਨਾ ਠੀਕ ਆ। ਦੇਖੋ ਇਹ ਮੁੰਡਾ ਬਟਨ ਖੋਲ ਰਿਹਾ ਹੈਗਾ, ਇਹ ਬਹੁਤ ਹੀ ਗੁੱਸੇ 'ਚ ਆ। ਹੋਰ ਬਾਈ ਕਰਦੇ ਅਸ਼ੂ, ਹਾਂ ਡੰਗਰ, ਚਲੋ ਫਿਰ ਚੱਲਦੇ ਹਾਂ, ਆਇਆ ਨਾਲ ਤਾਂ ਰਹੇਗੇ ਹੁਣ ਨਾਲ। ਮੈਂ ਤੈਨੂੰ ਫੋਨ ਕਰ ਰਿਹਾ, ਤੈਨੂੰ ਫੋਨ ਕਿਉਂ ਨਹੀਂ ਚੱਕਿਆ? ਮੈਂ ਕਿਉਂਕਿ ਫੋਨ ਇਸ ਲਈ ਨਹੀਂ ਚੱਕਿਆ ਕਿਉਂਕਿ ਮੈਂ ਫੋਨ ਨਹੀਂ ਚੱਕਿਆ। ਪਿਛਲੇ ਬੰਦੇ ਨੂੰ ਪਤਾ ਨੀ ਹਾਂ, ਨਹੀਂ ਪਤਾ ਨਾ। ਇੰਤਜ਼ਾਰ ਸੀ ਉਸ ਪਲ ਆ ਗਿਆ, ਉਸ ਪਲ ਤੁਹਾਨੂੰ ਆ ਗਿਆ ਮੇਲੇ 'ਚ। ਮੈਂ ਇਹਨੂੰ ਮਹੀਨਾ ਪਹਿਲਾਂ ਕਿਹਾ ਸੀ, ਮੈਂ ਕਿਹਾ ਵਧੀਆ ਲਿਪ ਸਿੰਗ ਵਗੈਰਾ ਕਰਿਓ, ਇਹਨੇ ਸਟਾਰਟਿੰਗ 'ਚ ਹੱਕਤਾ। ਉਸ ਮੇਲੇ ਦਾ ਇੰਤਜ਼ਾਰ ਸੀ ਜਿਸ ਦਾ ਪਲ ਦਾ ਇੰਤਜ਼ਾਰ, ਮੈਨੂੰ ਕੋਈ ਨਹੀਂ ਦੇਖ ਰਿਹਾ। ਦੇਖੋ ਜੀ ਜਿਵੇਂ ਕਿ ਅਸੀਂ ਪਿੰਡ 'ਚ ਆਏ ਹਾਂ ਆਸ਼ੂ ਦੇ, ਤੁਹਾਨੂੰ ਦੱਸਿਆ ਪਹਿਲਾਂ ਵੀ ਦੱਸਿਆ ਸੀ ਮੇਲੇ 'ਚ ਅਸੀਂ ਪਹੁੰਚ ਚੁੱਕੇ ਹਾਂ, ਪਰ ਆਸ਼ੂ ਸਾਨੂੰ ਲਿਆ ਕੇ ਆਪ ਉਹ ਖੜਾ, ਦੇਖੋ ਉੱਧਰ ਕੈਮਰਾ ਕਰਨ ਵਾਲੇ
ਦੇਖਿਆ ਉਹ ਖੜਾ ਦੇਖੋ ਜੀ ਦੇਖ ਲਿਆ ਹੁਣ ਬੋਲ ਆਪਣੇ ਦੋਸਤਾਂ ਦੇ ਵਿੱਚ ਬਿਜ਼ੀ ਹੋ ਗਿਆ ਸਾਡੇ ਨਾਲ ਮਾੜੀ ਕਰ ਰਿਹਾ ਇਸ ਟਾਈਮ ਲਿਆ ਕੇ ਉਹਦੇ ਸਾਨੂੰ ਗਰਮੀ 'ਚ ਮਾਰ ਰਿਹਾ ਅਸੀਂ ਕਹਿੰਦੇ ਬਾਬੇ ਦੇ ਮੱਥਾ ਟੇਕ ਲਈਏ ਪ੍ਰਸ਼ਾਦ ਵੀ ਲੈ ਲਿਆ ਸਾਡੇ ਕਹਿੰਦੇ ਪਸੀਨੇ ਪਸੀਨੇ ਹੋ ਗਿਆ ਦੇਖੋ ਜੀ ਸਤਨਾਮ ਕੀ ਕਹਿਣਾ ਚਾਹੁੰਦਾ ਧੁੱਪ ਪੈ ਰਹੀ ਕਿ ਨਹੀਂ ਪੈ ਰਹੀ ਧੁੱਪ ਪਰੋ ਬਹੁਤ ਪੈ ਰਹੀ ਹੈ ਜ਼ਿਆਦਾ ਸੁਣੀ ਤੈਨੂੰ ਧੁੱਪ ਪੈ ਰਹੀ ਕਿ ਨਹੀਂ ਪੈ ਰਹੀ ਧੁੱਪ ਕੀ ਮੈਂ ਤਾਂ ਸਭ ਕੁਝ ਪੈ ਰਿਹਾ ਮੇਰੇ ਤੋਂ ਯਾਰ ਬੋਲਿਆ ਜਾਂਦਾ ਕੁਛ ਦਿਲ ਦੀਆਂ ਗੱਲਾਂ ਮੈਂ ਦੇਖੋ ਜੀ ਪਹਿਲੀ ਵਾਰ ਪਿੰਡ ਆਇਆ ਐਕਚੁਲੀ ਕਿਉਂਕਿ ਮੇਰਾ ਜਨਮ ਜਿਹੜਾ ਸ਼ਹਿਰ 'ਚ ਹੋਇਆ ਅਤੇ ਮੈਂ ਪੁੱਛਣਾ ਚਾਹਾਂਗਾ ਆਪਣੇ ਬਾਬਾ ਜੀ ਨੇ ਬਾਬਾ ਜੀ ਮੇਲਾ ਕਾਹਦਾ ਮੇਲਾ ਹੁੰਦਾ ਮਤਲਬ ਕਿੰਨੇ ਟਾਈਮ ਬਾਅਦ ਲੱਗਦਾ ਹੁੰਦਾ ਕਿੰਨੇ ਟਾਈਮ ਬਾਅਦ ਲੱਗਦਾ ਇੱਕ ਸਾਲ ਬਾਅਦ ਇੱਕ ਵਾਰ ਲੱਗਦਾ ਬੜਾ ਰੌਣਕ ਮੇਲਾ ਇਹ ਰਾਤ ਵੀ ਲੱਗਦਾ ਰਾਤ ਵੀ ਰਾਤ ਵੀ ਚੱਲਦਾ ਬੜਾ ਅੱਛਾ ਲੱਗ ਰਿਹਾ ਮੇਲੇ ਜਾ ਕੇ ਤੁਹਾਨੂੰ ਚਲੋ ਅੱਗੇ ਹੋਰ ਘੁੰਮਦੇ ਹਾਂ ਦੇਖਦੇ ਹਾਂ ਕੀ ਕੀ ਚੀਜ਼ਾਂ ਨੇ ਇੱਥੇ ਬਹੁਤ ਹੀ ਜ਼ਿਆਦਾ ਵਧੀਆ ਇਹ ਦੇਖ ਸਕਦੇ ਤੁਸੀਂ ਦੋ ਤੁਹਾਨੂੰ 50 ਰੁਪਏ ਦੀ ਪਏਗੀ ਇੱਥੇ ਅਤੇ ਮੇਲੇ 'ਤੇ ਆਓ ਅਤੇ ਲੁਤਫ ਉਠਾਓ ਸਹੀ ਬੋਲਿਆ ਮੈਂ ਐਕਟਿੰਗ ਤੇਰਾ ਕਰਾਂ ਤੂੰ ਵੀ ਚੰਗੀ ਤਰ੍ਹਾਂ ਜਾਣ ਆਓ ਨਾਮ ਟਾਏ ਸਨ ਤੇ ਬਟੂਹਾ ਪਿੰਡ ਨੀ ਮੇਰੀ ਐ ਤੂੰ ਮੇਰੀ ਇਹ ਪੱਕੀ ਹਿੰਡ ਨੀ ਨਾਮ ਟਾਏ ਸਨ ਤੇ ਬਟੂਹਾ ਪਿੰਡ ਨੀ ਅੱਜ ਟੂਰ ਕੀ ਕਰੀਏ ਨਾ ਚੱਲ ਚੱਲ ਕੋਈ ਹੱਟ ਜਾਂਦਾ ਪਿੱਛੇ ਬਿੱਲੋ ਗੱਲ ਇੱਥੇ ਆ ਗਈ ਆ ਯਾਰਾਂ ਦੀ ਸ਼ਾਨ ਦੀ ਯਾਰਾਂ ਲਈ ਬਾਜ਼ੀ ਲਾਈ ਦੀ ਆ ਜਾਣ ਦੀ ਕਿੰਨਾ ਤੇਰਾ ਕਰਾਂ ਤੂੰ ਵੀ ਚੰਗੀ ਤਰ੍ਹਾਂ ਜਾਣ ਦੀ ਯਾਰਾਂ ਲਈ ਬਾਜ਼ੀ ਓਕੇ ਜੀ ਸਾਨੂੰ ਬਲੌਗ ਕਿਵੇਂ ਲੱਗਿਆ ਵਧੀਆ ਲੱਗਿਆ ਹੋਣਾ ਮੈਨੂੰ ਪਤਾ ਜੀ ਸਾਨੂੰ ਬਾਕੀ ਜੇ ਵਧੀਆ ਲੱਗਿਆ ਤਾਂ ਲਾਈਕ ਸਬਸਕ੍ਰਾਈਬ ਅਤੇ ਸਾਨੂੰ ਪਿਆਰ ਦਿਓ ਓਕੇ ਥੈਂਕ ਯੂ ਆਪ ਕੋਡੇ ਰਹਿ ਗਏ ਬਸ ਧੁੱਪ ਬਹੁਤ ਪੈ ਰਹੀ ਹੈ ਇਕੱਲੀ ਖਾਣੇ ਪੈਣਗੇ ਬਾਕੀ ਬੰਦੇ ਸਾਡੇ ਭੱਜ ਗਏ ਸਚਿਨ ਹੁਣੀ ਪਹੁੰਚ ਗਏ ਨੇ ਕੰਮ 'ਤੇ ਅਸ ਵੀ ਜਾ ਰਹੇ ਹਾਂ ਉਮੀਦ ਆ ਤੁਹਾਨੂੰ ਬਲੌਗ ਵਧੀਆ ਲੱਗਿਆ ਨਾ ਬਾਕੀਆਂ ਨੇ ਕਹਿ ਦਿੱਤਾ ਲਵ ਯੂ ਕੱਢ ਲੂ ਮੈਂ ਅੱਖਾਂ ਬਿੱਲੋ ਕਾਲੀ ਬੜੀ ਹੋਣੀ ਉਹਨੂੰ ਕੰਬੇ ਖਾਣ ਦੀ